ਸਤਿ ਸ਼੍ਰੀ ਅਕਾਲ ਜੀ ਆਨੰਦ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਤੋਂ ਪੰਜਾਬ ਪੁਲਿਸ ਚ ਨਿਕਲੀਆਂ ਨੌਕਰੀਆਂ ਜਲਦੀ ਕਰ ਲਵੋ ਅਪਲਾਈ ਪੂਰਾ ਪ੍ਰੋਸੈਸ ਤੁਹਾਡੇ ਨਾਲ ਕਰਦੇ ਹਾਂ ਦੀ ਸਾਂਝਾ ਪੰਜਾਬ ਦੇ ਨੌਜਵਾਨਾਂ ਲਈ ਖੁਸ਼ ਖਬਰੀ ਆ ਰਹੀ ਹੈ ਜੀ ਪੰਜਾਬ ਪੁਲਿਸ ਦੇ ਵਿੱਚ 1700 ਛਾਲੀ ਅਸਾਮੀਆਂ ਦੀ ਭਰਤੀ ਕੱਢੀ ਗਈ ਹੈ ਜੀ ਕਨਸਟੇਬਲ ਤੇ ਸਬ ਇਨਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਹੈ ਸਬ ਇਨਸਪੈਕਟਰ ਦੇ ਅਹੁਦਿਆਂ ਦੀ ਅਰਜ਼ੀਆਂ 17 ਫਰਵਰੀ ਨੂੰ ਸ਼ਾਮ 7 ਵਜੇ ਸ਼ੁਰੂ ਹੋਣਗੀਆਂ ਤੇ 28 ਫਰਵਰੀ ਤੱਕ ਇਸ ਦੀ ਆਖਰੀ ਤਰੀਕ ਰੱਖੀ ਗਈ ਹੈ ਸਬ ਇਨਸਪੈਕਟਰ ਦੀ ਚੋਣ ਤਿੰਨ ਪੜਾਵਾਂ ਦੀ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ ਪਹਿਲੇ ਪੜਾਅ ਵਿੱਚ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ ਹੋਵੇਗੀ ਅੰਕਾਂ ਦੇ ਆਧਾਰ ਤੇ ਸਰੀਰਕ ਮਾਪ ਟੈਸਟ ਦਾ ਸੱਦਾ ਤੇ ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ ਹੋਵੇਗੀ ਖਬਰ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਵਰਤੇ ਗਏ ਜਾਤੀ ਸੂਚਕ ਸ਼ਬਦ ਕਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਜ਼ੀਰਪੁੱਲਰ ਚ ਇੱਕ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜਾਤੀ ਸ਼ੂਤਕ ਸ਼ੂਤਕ ਸ਼ਬਦ ਜਿਹੜੇ ਵਰਤੇ ਗਏ ਨੇ ਸੋ ਘਟਨਾ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਨੌਜਵਾਨ ਦੋ ਤਿਰਾਂ ਦੀ ਲੜਾਈ ਦਾ ਸ਼ਿਕਾਰ ਹੋ ਗਿਆ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ 5 7 ਨੌਜਵਾਨ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ ਕਰ ਰਹੇ ਨੇ ਤੇ ਪੀੜਤ ਮਸਤਾਨ ਸਿੰਘ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੈਰਾ ਮੈਡੀਕਲ ਤੇ ਮੈਡੀਕਲ ਦੇ ਟੀਚਰ ਸਟਾਫ ਲਈ ਜ਼ਰੂਰੀ ਖਬਰ ਜਾਰੀ ਹੋਏ ਇਹ ਹੁਕਮ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਧੀਨ ਸੂਬੇ ਦੇ ਅਧੀਨ ਤਨਾਇਤ ਮੈਡੀਕਲ ਪੈਰਾਮੈਡੀਕਲ ਅਤੇ ਅਧਿਆਪਕ ਸਟਾਫ ਨੂੰ ਨਿੱਜੀ ਵਾਹਨਾਂ ਚ ਫਰਸਟ ਏਡ ਕਿਟ ਰੱਖਣ ਨੂੰ ਜ਼ਰੂਰੀ ਕਰਾਰ ਦਿੱਤਾ ਹੈ ਤਾਂ ਜੋ ਕਰ ਰਾਸਤੇ ਦੇ ਵਿੱਚ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੁੰਦਾ ਤਾਂ ਉਸ ਤੁਰੰਤ ਮੋਢਲਾ ਇਲਾਜ ਮੁਹैया ਕਰਵਾਇਆ ਜਾਵੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਹਤ ਨਿਰਦੇਸ਼ਕ ਨੇ ਸਾਰੇ ਸਿਵਲ ਸਰਜਨਾ ਅਤੇ ਸਿਵਲ ਹਸਪਤਾਲਾਂ ਦੇ ਮੈਡੀਕਲ ਸੁਪਰੀਡੈਂਟ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਇਸ ਮਾਮਲੇ ਤੇ ਅਮਲ ਕਰਨ ਦੇ ਲਈ ਕਿਹਾ ਹੈ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸਿਵਲ ਸਰਜਨਾ ਨੂੰ ਆਪਣੇ ਆਪਣੇ ਜ਼ਿਲ੍ਹੇ ਚੋਂ ਸਾਰੇ ਤਨਾਇਤ ਮੈਡੀਕਲ ਪੈਰਾਮੈਡੀਕਲ ਅਧਿਆਪਕ ਸਟਾਫ ਨੂੰ ਆਪਣੇ ਪਦਰਤੀ ਨਿਰਦੇਸ਼ ਜਾਰੀ ਕਰਨ ਦੇ ਲਈ ਕਿਹਾ ਹੈ। ਸੋ ਵੱਡੀ ਖਬਰ ਹੈ ਜੇ ਤੜਫ ਦੇ ਬੰਦੇ ਨੂੰ ਸਟੈਚਰ ਤੇ ਪਾ ਕੇ ਦੌੜ ਗਏ ਮੁਲਾਜ਼ਮ ਸੋ ਵੱਡੀ ਖਬਰ ਹੈ ਰੋਂਗਟੇ ਖੜੇ ਕਰਦੀ ਵਾਰਤਾਤ ਸੀਸੀਟੀਵੀ ਚ ਕੈਦ ਹੋ ਗਈ ਹੈ। ਰਾਹਤ ਸਮਗਰੀ ਲੈ ਕੇ ਤੁਰਕੀ ਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਨੇ ਨਹੀਂ ਦਿੱਤਾ ਹਵਾਈ ਅੜ ਰਸਤਾ ਭਾਰਤੀ ਟੀਮ ਲੰਬਾ ਸਮਾਂ ਚੱਕਰ ਲਾਉਣ ਤੋਂ ਬਾਅਦ ਤੁਰਕੀ ਪਹੁੰਚੀ ਸੁਪਚਾਲ ਨਾਲ ਤਬਾਹ ਹੋਏ ਤੁਰਕੀ ਦੀ ਮਦਦ ਲਈ ਦੁਨੀਆ ਭਰ ਤੋਂ ਮਦਦ ਭੇਜੀ ਜਾ ਰਹੀ ਹੈ ਦੀ ਪ੍ਰਾਰਥਨਾ ਹੈ ਤੁਰਕੀ ਨੂੰ ਪੁਚਾਲ ਦੀ ਰਾਹਤ ਸਮਗਰੀ ਦੀ ਪਹਿਲੀ ਖੇਪ ਭੇਜੀ ਹੈ ਜੀ ਇਹ ਮਾਹਰ ਰਾਸ਼ਟਰੀ ਆਫਤ ਰਿਸਪੌਂਸ ਫੋਰਸ ਖੋਜ ਅਤੇ ਬਚਾਅ ਟੀਮ ਰਾਹਤ ਖੇਪ ਚ ਸ਼ਾਮਲ ਹੈ ਸੋ ਇਸ ਨੇ ਪੁਰਸ਼ ਅਤੇ ਮਹਿਲਾ ਦੋਵੇਂ ਕਰਮਚਾਰੀ ਉੱਚਤ ਕੁਸ਼ਲ ਡੌਗ ਸਕਵਾਡਸ ਤੇ ਮੈਡੀਕਲ ਸਪਲਾਈ ਉन्नत ਡ੍ਰਿਲਿੰਗ ਉਪਕਰਨ ਭੇਜ ਜਨੇ ਪਰ ਪਾਕਿਸਤਾਨ ਨੇ ਭਾਰਤ ਤੋਂ ਰਾਹਤ ਸਮਗਰੀ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਭਾਰਤੀ ਹਵਾਈ ਜਹਾਜ਼ ਨੂੰ ਤੁਰਕੀ ਪਹੁੰਚਣ ਦੇ ਲਈ ਲੰਬੀ ਦੂਰੀ ਤੈਅ ਕਰਨੀ ਪਈ ਪਾਕਿਸਤਾਨ ਆਪਣੇ ਆਪ ਨੂੰ ਤੁਰਕੀ ਦਾ ਸਭ ਤੋਂ ਕਰੀਬੀ ਮਿੱਤਰ ਦੱਸਦਾ ਪਰ ਉਸ ਨੇ ਮੁਸੀਬਤ ਦੇ ਸਮੇਂ ਵੀ ਅਦੇਹਾ ਕੀਤਾ ਭਾਰਤੀ ਅਮਰੀਕੀ ਵਿਦਿਆਰਥਣ ਲਗਾਤਾਰ ਦੂਜੀ ਵਾਰ ਐਲਾਨੀ ਗਈ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ ਪ੍ਰੀਖਿਆ ਚੂ ਸ਼ਾਮਲ ਹੋਏ 76 ਦੇਸ਼ਾਂ ਦੇ 15000 ਵਿਦਿਆਰਥੀ ਅਮਰੀਕਾ ਸਥਿਤ ਜੌਨ ਹੌਪਕਿੰਸ ਸੈਂਟਰ ਫਾਰ ਟੈਲੈਂਟਡ ਯੂਥ ਨੇ ਦੁਨੀਆ ਭਰ ਦੇ 76 ਦੇਸ਼ਾਂ ਦੇ 15000 ਵਿਦਿਆਰਥੀ ਵਿਦਿਆਰਥਣਾਂ ਦੇ ਉੱਚ ਦਰਜੇ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ਤੇ ਭਰਤੀ ਭਾਰਤੀ ਅਮਰੀਕੀ ਸਕੂਲੀ ਵਿਦਿਆਰਥਣਾਂ ਤਾਜਸ਼ਾ ਪੇਰੀ ਯਾਨਿੰਗਮ ਨੂੰ ਲਗਾਤਾਰ ਦੂਜੇ ਸਾਲ ਦੁਨੀਆ ਦੀ ਸਭ ਤੋਂ ਹਾਸ਼ੀਆ ਵਿਦਿਆਰਥਣ ਐਲਾਨਿਆ ਹੈ ਉਹ ਗੋੜਿਆਨਾ ਮਿਡਲ ਸਕੂਲ ਦੀ ਵਿਦਿਆਰਥਣ ਹੈ ਤੇ 2021 ਚ ਜੌਨ ਹੌਪਕਿੰਸ ਸੈਂਟਰ ਫਾਰ ਟੈਲੈਂਟਡ ਯੂਥ ਦੀ ਪ੍ਰੀਖਿਆ ਦਿੱਤੀ ਸੀ ਉਹ ਪੰਜਵੀਂ ਜਮਾਤ ਚ ਉਸ ਸਮੇਂ ਪੜ੍ਹਦੀ ਸੀ ਜਤੇ ਗ੍ਰੇਡ 8 ਦੇ ਵਿੱਚ 90% ਸਕੋਰ ਕਰਨ ਦੇ ਬਰਾਬਰ ਸੀ ਜਿਸ ਕਾਰਨ ਉਸ ਨੂੰ ਸਾਲ ਦੀ ਸਨਮਾਨ ਸੂਚੀ ਦੇ ਵਿੱਚ ਥਾਂ ਹਾਸਲ ਹੋਇਆ ਹੈ ਦੋ 20000 ਤੋਂ ਪਾਰ ਹੋਵੇਗੀ ਮੌਤਾਂ ਦੀ ਗਿਣਤੀ ਤੁਰਕੀ ਸੀਰੀਆ ਚ ਆਈ ਤਬਾਹੀ WHO ਦੀ ਚੇਤਾਵਨੀ ਪੁਚਾਲ ਕਰਕੇ ਤੁਰਕੀ ਤੇ ਸੀਰੀਆ 'ਚ ਤਬਾਈ ਮੱਚ ਗਈ ਹੈ ਜੀ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੀ ਹੁਣ ਤੱਕ ਮੌਤਾਂ ਦੀ ਗਿਣਤੀ 4300 ਤੋਂ ਪਾਰ ਹੋ ਚੁੱਕੀ ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਬਿਆਨਾਂ ਨੇ ਚਿੰਤਾ ਪੈਦਾ ਕਰ ਦਿੱਤੀ ਹੈ ਜੀ WHO ਨੇ ਕਿਹਾ ਕਿ ਤੁਰਕੀ ਤੇ ਸੀਰੀਆ 'ਚ ਉਚਾਲ ਭਿਆਨਕ ਪੁਚਾਲ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਗੁਣਾ ਵੱਧ ਸਕਦੀ ਹੈ ਰਿਪੋਰਟ ਮੁਤਾਬਕ WHO ਦਾ ਸੰਗਠਨ ਦਾ ਕਹਿਣਾ ਹੈ ਕਿ ਗਿਣਤੀ 20000 ਹੋ ਸਕਦੀ ਹੈ WHO ਨੇ ਕਿਹਾ ਕਿ ਅਜਿਹੇ ਗੰਭੀਰ ਪੁਚਾਲਾਂ 'ਚ ਛੇਤੀ ਮੌਤਾਂ ਦੀ ਗਿਣਤੀ ਵਿੱਚ 8 ਗੁਣਾ ਵਾਧਾ ਅਕਸਰ ਦੇਖਿਆ ਜਾਂਦਾ ਹੈ ਤੁਰਕੀ ਵਿੱਚ ਸੋਮਵਾਰ ਸਵੇਰੇ ਪਹਿਲਾਂ ਵੱਡਾ ਪੁਚਾਲ ਆਇਆ ਤੇ 12 ਘੰਟੇ ਬਾਅਦ ਇੱਕ ਹੋਰ ਤੇਜ਼ ਪੁਚਾਲ ਆਇਆ WHO ਨੇ ਕਿਹਾ ਕਿ ਅਸੀਂ ਹਮੇਸ਼ਾ ਪੁਚਾਲ ਦੇ ਨਾਲ ਇੱਕ ਹੀ ਚੀਜ਼ ਦੇਖਦੇ ਹਾਂ ਵੱਧ ਕਿਸਮਤੀ ਨਾਲ ਮਰਨ ਵਾਲਿਆਂ ਜਾਂ ਜ਼ਖਮੀਆਂ ਦੀ ਗਿਣਤੀ ਦੀਆਂ ਸ਼ੁਰੂਆਤੀ ਰਿਪੋਰਟਾਂ ਆਉਣ ਵਾਲੇ ਹਫ਼ਤਿਆਂ 'ਚ ਕਾਫੀ ਵਧਣ ਦੀ ਸੰਭਾਵਨਾ ਹੈ ਘੱਟੋ ਘੱਟ ਸਮਰਥਨ ਮੁੱਲ ਤੇ ਹਾਲੇ ਕੋਈ ਫੈਸਲਾ ਨਹੀਂ ਖੇਤੀ ਮੰਤਰੀ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਲਾਈ ਸਕੀਮਾਂ ਸ਼ੁਰੂ ਕੀਤੀਆਂ ਨੇ ਤੇ ਵੱਖ-ਵੱਖ ਰਿਆਤਾਂ ਦੀ ਸ਼ੁਰੂਆਤ ਕੀਤੀ ਹੈ ਹਾਲਾਂਕਿ ਘਟੋ-ਘਟ ਸਮਰਥਨ ਮੁੱਲ ਪ੍ਰਣਾਲੀ ਨੂੰ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਲਈ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਇਹ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਲਾਈ ਮੰਤਰੀ ਨਰਿੰਦਰ ਸਿੰਘ ਤੂਮਰ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਸਵਾਲਾਂ ਦੇ ਜਵਾਬ ਜੁਕੀਤਾ ਅਰੋੜਾ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਸ਼ੇਸ਼ ਤੌਰ ਤੇ ਇਸ ਨੂੰ ਦੁੱਗਣੀ ਕਰਨ ਦੀ ਸਰਕਾਰ ਵੱਲੋਂ ਕੀਤੇ ਗਏ ਉਪਾਅ ਘਟੋ ਘਟ ਸਮਰਥਨ ਮੋਦਲ ਦੀ ਕਾਨੂੰਨੀ ਗਾਰੰਟੀ ਕੁਦਰਤੀ ਖੇਤੀ ਤੇ ਫਸਲੀ ਵਿਵਪਨਤਾ ਦੇ ਹਾਲੀ ਵਿੱਚ ਗਠਿਤ ਕਮੇਟੀ ਦੀ ਰਿਪੋਰਟ ਤੇ ਸਿਫਾਰਸ਼ਾਂ ਪੇਸ਼ ਕਰਨ ਦੇ ਬਾਰੇ ਸੀਮਾ ਬਾਰੇ ਸਵਾਲ ਪੁੱਛਿਆ ਸੰਸਦ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਵਿਚਾਲੇ ਹੋਈ ਸਿਆਸੀ ਜੰਗ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਵ代 ਇੱਕ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਭਾਜਪਾ ਨੂੰ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਵਿਚਾਲੇ ਟਵੀਟੀ ਜੰਗ ਸ਼ੁਰੂ ਹੋ ਗਈ ਹੈ ਜੰਗੜਾਨੀ ਗਰੁੱਪ ਅਤੇ ਐਂਡਨਬਰਗ ਰਿਪੋਰਟ ਦੇ ਆਧਾਰ ਤੇ ਆ ਸੰਸਦ ਮੈਂਬਰ ਮਨੀਸ਼ ਤਵਾੜੀ ਦੇ ਲੇਖ ਤੋਂ ਸ਼ੁਰੂ ਹੋਈ ਹੈ। ਜਿਸ ਤੇ ਸਾਬਕਾ ਮੰਤਰੀ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਪਹਿਲਾ ਟਵੀਟ ਕੀਤਾ ਹੈ। ਮੋਹਾਲੀ ਪੁਲਿਸ ਨੇ ਜਲਾਲਾਬਾਦ ਵਿੱਚ ਕਬਾੜੀਏ ਤੇ ਮਾਰੀ ਰੇਡ ਕਬਾੜ ਕੀਤੀਆਂ ਗਈਆਂ ਕਾਰਾਂ ਜ਼ਬਤ ਮੋਹਾਲੀ ਪੁਲਿਸ ਵੱਲੋਂ ਜਲਾਲਾਬਾਦ ਦੇ ਸਦਰ ਥਾਣਾ ਨਜ਼ਦੀਕ ਸਤਿਜਾ ਕਬਾੜ ਸਟੋਰ ਤੇ ਰੇਡ ਕੀਤੀ ਆ ਪੁਲਿਸ ਵੱਲੋਂ ਕਬਾੜੀਆ ਤੇ ਉਸਦੇ ਸਾਥੀ ਨੂੰ ਹਿਰਾਸਤ ਚ ਲੈ ਕੇ ਉਸ ਤੋਂ ਜਾਣਕਾਰੀ ਹਾਸਲ ਕੀਤੀ ਗਈ ਆ ਫੇਸ 8 ਤੇ ਫੇਸ 11 ਵਿੱਚ ਪੁਲਿਸ ਵੱਲੋਂ ਕਾਰ ਚੋਰ ਗਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਦੀ ਗ੍ਰਿਫਤਾਰੀ ਕੀਤੀ ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਖਰੜ ਮੁਹੱਲੀ ਚੰਦੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਚ ਚੋਰੀ ਕੀਤੀਆਂ ਹੋਈਆਂ ਕਾਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਵਿਖੇ ਰਿੰਕੂ ਤੀਜਾ ਨਾਮ ਦੇ ਕਬਾੜੀਏ ਨੂੰ ਵੇਚ ਰਹੇ ਨੇ ਦਲਾਲਾਬਾਦ ਦੇ ਕਮਰੇ ਵਾਲੇ ਰੋਡ ਤੇ ਥਾਣਾ ਸਦਰ ਨਜ਼ਦੀਕ ਇੱਕ ਕਬਾੜੀਏ ਦੀ ਦੁਕਾਨ ਤੇ ਰੇਡ ਕੀਤੀ ਚੋਰੀ ਦੀਆਂ ਕਾਰਾਂ ਵੇਚ ਇਕੱਠੇ ਕੀਤੇ ਗਏ ਲੱਖ ਰੁਪਏ ਬਰਾਮਦ ਕੀਤੇ ਨੇ ਇਸ ਤਰ੍ਹਾਂ ਪੁਲਿਸ ਨੇ 40 ਦੇ ਕਰੀਬ ਕਬਾੜ ਕੀਤੀਆਂ ਹੋਈਆਂ ਤਾਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪਤਾ ਚੱਲਿਆ ਕਿ ਇਹ ਪੂਰਾ ਗਰੂ ਹੈ ਜੋ ਮਹਾਲੀ ਚੰਡੀਗੜ੍ਹ ਪੰਜਗੁਲਾ ਖਰੜ ਤੋਂ ਇਲਾਵਾ ਹੋਰ ਕਈ ਜਗ੍ਹਾ ਤੋਂ ਕਾਰਾਂ ਚੋਰੀ ਕਰਕੇ ਇੱਥੇ ਲਿਆ ਕੇ ਕਬਾੜ ਦੇ ਵਿੱਚ ਬਦਲਦੇ ਨੇ ਤੇ ਇਹਨਾਂ ਦੇ ਸਪेयर पार्ट ਵੀ ਡਿਸਪੋਜ਼ਲ ਰੇਟਾਂ ਤੇ ਵੇਚ ਦਿੰਦੇ ਨੇ ਹਿੰਦੂ ਨੇਤਾ ਸੁਦੀਰ ਸੂਰੀ ਕਤਲ ਕੇਸ ਪਰਿਵਾਰ ਨੇ ਪਟੀਸ਼ਨ ਲਈ ਵਾਪਸ ਹਿੰਦੂ ਨੇਤਾ ਸਦੀਰ ਸੂਰੀ ਦੇ ਕਤਲ ਕੇਸ ਦੀ ਕੌਮੀ ਜਾਂਚ ਏਜੰਸੀ ਦੀ ਜਾਂਚ ਤੇ ਸਵਾਲ ਚੁੱਕਦੇ ਹੋਏ ਪਰਿਵਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਸੁਣਵਾਈ ਤੋਂ ਬਾਅਦ ਸੂਰੀ ਦੇ ਪਰਿਵਾਰ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ ਹੈ ਦੱਸਦੀ ਹੈ ਕਿ ਅਮਰਤ ਸਰ ਦੇ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਿੰਦੂ ਨੇਤਾ ਸੁਦੀਰ ਸੂਰੀ ਦਾ ਸ਼ਰੀਆਮ ਗੁਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਖਬਰ ਜਲੰਧਰ ਤੋਂ ਵਿਦੇਸ਼ੀ ਧਰਤੀ ਤੇ ਦੋ ਪੈਣਾ ਦੇ ਇਕਲੌਤੇ ਪ੍ਰਾਣੇ ਤੋੜਿਆ ਦਮ ਸੁ ਮਰਤਕ ਦੋ ਪੈਣਾ ਦਾ ਇਕਲੌਤਾ ਸੀ ਪ੍ਰਾਤਿਆ ਆਪਣੇ ਪਿਛੇ ਪਤਨੀ ਤੇ ਇੱਕ ਬੇਟਾ ਛੱਡ ਕੇ ਚਲਾ ਗਿਆ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਪੰਜਾਬੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਜਾਣਕਾਰੀ ਅਨੁਸਾਰ ਗੁਰਾਇਆ ਨਾਲ ਸੰਬੰਧਤ ਦਿਨੇਸ਼ ਕੁਮਾਰ ਪੌਂਸਲੇ ਪੁੱਤਰ ਸਤਪਾਲ ਪੌਂਸਲੇ ਦੀ ਸੰਖੇਪ ਬਿਮਾਰੀ ਦੇ ਚੱਲਦਿਆਂ 27 ਜਨਵਰੀ 2023 ਨੂੰ ਮੌਤ ਹੋ ਗਈ ਹੈ ਚੰਡੀਗੜ੍ਹ ਚ ਹੁਣ ਪਵੇ ਗਾ ਮਹਿੰਗਾ ਪਵੇਗਾ ਵਿਆਹ ਸੋ ਇਨਾ ਹੋਟਲਾਂ ਚ ਵੈਜ ਅਤੇ ਨੌਨ ਪੈਥ ਪਲੇਟਾਂ ਦਾ ਨਵਾਂ ਰੇਟ ਜਾਰੀ ਹੋ ਗਿਆ ਜੀ ਪ੍ਰਾਈਵੇਟ ਹੋਟਲਾਂ ਦੇ ਬਰਾਬਰ ਮੁੱਲ ਲਿਆਉਣ ਲਈ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਆਪਣੇ ਅਧੀਨ ਆਉਣ ਵਾਲੇ ਤਿੰਨ ਹੋਟਲ ਸੈਕਟਰ 10 ਸਥਿਤ ਮਾਉਂਟ ਵਿਊ ਸੈਕਟਰ 17 ਸਥਿਤ ਸ਼ਿਵਾਲਕ ਵਿਊ ਤੇ 24 ਦੇ ਪਾਰਕ ਵਿਊ ਹੋਟਲ ਦੇ ਬੈਂਕੋ ਟਹਾਲ ਦੇ ਰੇਟਾਂ ਨੂੰ ਵੀ ਫੀਸਦੀ ਪੱਧਾ ਦਿੱਤਾ ਹੈ ਸੋ ਸਟ ਕੋ ਨੇ ਪਾਰਕ ਵਿਊ ਹੋਟਲ ਦੇ ਕਮਰੇ ਦਾ ਕਿਰਾਇਆ ਵੀ ਵੀਫ ਇਸ ਦੀ ਤੱਕ ਵਧਾ ਦਿੱਤਾ ਜੀ ਸੁਖਨਾ ਚਿਲ ਸਥਿਤ ਸੇਫ ਲੈਕ ਵਿਊ ਰੈਸਟੋਰੈਂਟ ਦੇ ਨਿੱਜੀ ਕੰਪਨੀ ਨਾਲ ਰੈਵਨਿਊ ਸ਼ੇਅਰ ਕਰਨ ਦੇ ਆਧਾਰ ਤੇ ਚਲਾਉਣ ਦਾ ਫੈਸਲਾ ਕੀਤਾ ਹੈ ਵਿਆਹ ਵਾਲੇ ਦਿਨ ਹੀ ਮੇਕਅਪ ਨੂੰ ਲੈ ਕੇ ਪੈ ਗਿਆ ਸੀ ਪੰਗਤ ਜੋ ਫਿਰ ਹੋਇਆ ਕੋਈ ਯਕੀਨੀ ਨਹੀਂ ਕਰ ਸਕਦਾ ਮੋਗਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਤਨੀ ਦਾ ਸਲੂਨ ਸੰਚਾਲਕ ਨੇ ਵਿਆਹ ਵਾਲੇ ਦਿਨ ਮੇਕਅਪ ਸਹੀ ਨਹੀਂ ਕੀਤਾ ਉਕਤ ਵਿਅਕਤੀ ਨੇ ਆਪਣਾ ਬਦਲਾ ਲੈਣ ਦੇ ਲਈ ਸਲੂਨ ਸੰਚਾਲਕ ਤੋਂ 1.5 ਲੱਖ ਰੁਪਏ ਦੀ ਫਰੋਤੀ ਮੰਗੇ ਇਸ ਤੋਂ ਬਾਅਦ ਮੋਗਾ ਪੁਲਿਸ ਨੇ ਸਲੂਨ ਸੰਚਾਲਕ ਦਿਆਨੰਦ ਸ਼ੈ ਨਿਵਾਸੀ ਸਹਿਦ ਕਲੋਨੀ ਤੋਂ ਫਰੋਤੀ ਮੰਗਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਕੁਰਲੀਨ ਸਿੰਘ ਕੁਰਾਣਾ ਨੇ ਦੱਸਿਆ ਕਿ ਥਾਣਾ ਸਿਟੀ ਮੋਗਾ ਨੂੰ 33 ਸ਼ਿਕਾਇਤ ਪੱਤਰ ਚ ਸਲੂਨ ਸੰਚਾਲਕ ਨੇ ਕਿਹਾ ਕਿ 29 ਜਨਵਰੀ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਜਿਸ ਤੋਂ ਅਣਜਾਣ ਵਿਅਕਤੀ ਨੇ ਉਸ ਵੱਲੋਂ 1.5 ਲੱਖ ਰੁਪਏ ਦੀ ਫਰੋਤੀ ਦੇਣ ਲਈ ਕਿਹਾ ਪੈਸੇ ਨਾ ਦੇਣ ਤੇ ਜਾਨੀ ਤੇ ਮਾਲੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਉਨ੍ਹਾਂ ਨੇ ਦੱਸਿਆ ਕਿ ਧਮਕੀ ਪਰੇ ਫੋਨ ਕਰਨ ਵਾਲੇ ਨੂੰ ਕਾਬੂ ਕਰਨ ਲਈ ਐਸਪੀ ਆਜੇ ਰਾਮ ਸਿੰਘ ਡੀਐਸਪੀ ਸਿਟੀ ਕੁਰ ਸ਼ਰਨਜੀਤ ਸਿੰਘ ਸਿਟੀ ਥਾਣਾ ਸਾਊਥ ਦੇ ਮੁਖ ਅਫਸਰਾ ਮਨਦੀਪ ਸਿੰਘ ਦੇ ਆਧਾਰ ਤੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਤੁਰਕੀ ਪੁਚਾਲ ਚੰਡੀਗੜ੍ਹ ਸ਼ਿਮਲਾ ਤੇ ਦਿੱਲੀ ਸਣੇ ਉਹ ਉੱਤਰੀ ਭਾਰਤ ਦੇ ਇਲਾਕੇ ਜੋ ਵੱਧ ਪੁਚਾਲ ਦੀ ਮਾਰ ਹੇਠਾਂ ਆ ਸਕਦੇ ਨੇ ਉਹ ਬਚਾਅ ਦੇ ਤਰੀਕੇ ਤੁਹਾਨੂੰ ਦੱਸ ਦਿੰਨੇ ਆਂ। ਕੁਦਰਤੀ ਆਫਤ ਦੇ ਨਾਲ ਹੋਈ ਤਬਾਹੀ ਦੇ ਮੰਜ਼ਰ ਦੀਆਂ ਦਰਦਨਾਕ ਤਸਵੀਰਾਂ ਤੇ ਰਿਪੋਰਟਾਂ ਦਰਮਿਆਨ ਭਾਰਤ ਖਾਸ ਕਰਕੇ ਉੱਤਰੀ ਖਿੱਤੇ ਦੇ ਵਿੱਚ ਕਿਹੜੇ ਸੰਭਾਵਿਤ ਇਲਾਕਿਆਂ ਦੇ ਵਿੱਚ ਪੂਚਾਲ ਦੇ ਖਤਰਿਆਂ ਦੀ ਮਾਰ ਦੇ ਹੇਠ ਹਨ ਭਾਰਤ ਦੇ 29 ਸ਼ਹਿਰਾਂ ਨੂੰ ਪੂਚਾਲ ਦਾ ਬੇਹੱਦ ਖਬਰ ਹੈ ਜੇ ਦਿੱਲੀ ਸਮੇਤ 9 ਸੂਬਿਆਂ ਦੀਆਂ ਰਾਜਸਥਾਨੀਆਂ ਵੀ ਸ਼ਾਮਲ ਨੇ ਜ਼ਿਆਦਾਤਰ ਸ਼ਹਿਰ ਹਿਮਾਲਿਆ ਜ਼ੋਨ ਦੇ ਨਾਲ ਲੱਗਦੇ ਹੋਏ ਇਲਾਕਿਆਂ ਦੇ ਵਿੱਚ ਹਨ ਇਸ ਲਈ ਦੁਨੀਆ ਦੇ ਸ਼ਹਿਰ ਸ਼ਾਮਲ ਨੇ ਜਿੱਥੇ ਪੁਚਾਲ ਦਾ ਵੱਧ ਖਤਰਾ ਰਹਿੰਦਾ ਜਿਵੇਂ ਦਿੱਲੀ ਪਟਨਾ ਸ਼੍ਰੀਨਗਰ ਕੋਹਿਮਾ ਪੰਡੂਚਰੀ ਗੁਹਾਟੀ ਗਾਂਗਟੋਕ ਸ਼ਿਮਲਾ ਦੇਰਾ ਧੂਣਾ ਇਮਫਾਲ ਚੰਡੀਗੜ ਪੁਚਾਲਕ ਜ਼ੋਨ 4 ਅਤੇ 5 ਹਨ ਪੁਚਾਲ ਦਾ ਦਿਆਨ ਕਰਦਾ ਹੈ ਤੇ ਇਸ ਰਿਕਾਰਡ ਨੂੰ ਸੰਭਾਲਦਾ ਹੈ ਖੇਤਰਾਂ ਦੇ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਵੱਧ ਖਤਰੇ ਹੁੰਦੇ ਨੇ ਪੁਚਾਲ ਵਿੱਚ ਤੁਰਕੀ ਦਾ ਉੱਤਰੀ ਖਿੱਤਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਤੇ ਤੁਰਕੀ ਦੇ ਉੱਤਰੀ ਖਿੱਤੇ ਦੀ ਸੀਰੀਆ ਦੀ ਦੱਖਣੀ ਸਰਹੱਦ ਵੀ ਕਿਹਾ ਜਾ ਰਿਹਾ ਹੈ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ 300 ਤੋਂ ਵੱਧ ਕਿਸਮਾਂ ਦੇ ਗੁਲਾਬਾਂ ਨਾਲ ਮੈਕ ਉੱਠਦਾ ਸ੍ਰੀ ਹਰਮੰਦਰ ਸਾਹਿਬ ਦਾ ਚੌਕ ਗਿਰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਸਥਾਪਿਤ ਕੀਤਾ ਗਿਆ ਗੁਰੂ ਕੇ ਬਾਗ ਦੀ ਸ਼੍ਰੋਮਣੀ ਕਮੇਟੀ ਵੱਲੋਂ ਬੜੇ ਸਜੇ ਢੰਗ ਨਾਲ ਸੰਭਾਲ ਕੀਤੀ ਜਾ ਰਹੀ ਹੈ ਜਿਸ ਦੇ ਸਦਕੇ ਅੱਜ 300 ਤੋਂ ਵੱਧ ਕਿਸਮਾਂ ਦੇ ਗੁਲਾਬ ਸਮੇਤ ਅਨੇਕਾਂ ਕਿਸਮਾਂ ਦੇ ਫੁੱਲਾਂ ਨਾਲ ਲੱਦਿਆ ਗੁਰੂ ਕਾ ਬਾਗ ਆਪਣੀ ਸੁੰਦਰਤਾ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦਾ ਧਿਆਨ ਖਿੱਚਦਾਇਕ ਖੁਸ਼ਬੂਈ ਬਖੇਰਦਾ ਤੇ ਸ਼ਰਦਾਲਵਾ ਦੇ ਮਨਾਂ ਨੂੰ ਸ਼ਾਂਤੀ ਸਕੂਨ ਪੈਦਾ ਕਰਦਾ ਹੈ। ਸ੍ਰੀ ਗੁਰੂ ਰਮ RAM ਦਾਸ ਲੰਗਰ ਹਾਕਾਰਤ ਤੇ ਗੁਰਦੁਆਰਾ ਮੰਦੀ ਸਾਹਿਬ ਦੀਵਾਨ ਹਾਲ ਦੇ ਐਨ ਵਿਚਕਾਰ ਸਥਾਪਿਤ ਗੁਰੂ ਕੇ ਬਾਗ ਅੰਦਰ ਤਿੰਨ ਪਰਤੀ ਕਿਆਰੀ ਚ 300 ਕਿਸਮ ਦੇ ਗੁਲਾਬ ਦੇ ਫੁੱਲਾਂ ਤੋਂ ਇਲਾਵਾ ਗੱਟਾ ਗੈਂਡਾ ਕੁੱਕੜ ਕਲਗਾ ਤੇ ਗਲਗੋਦੀ ਚਿੱਟੀ ਬਜਰੀ ਡੇਲੀਆ ਲੱਲੀ ਵੱਟੀ ਤੋਂ ਵੱਧ 50 ਤੋਂ ਵੱਧ ਸੀਜ਼ਨਲ ਫੁੱਲ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਕਾਲੀ ਦਲ ਚੋਂ ਖਲਬਲੀ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕਰਕੇ ਲੋਕ ਸਭਾ ਚੋਣਾਂ ਨੂੰ ਹਾਲੀਆ ਵਿਧਾਨ ਸਭਾ ਚੋਣਾਂ ਦੀ ਤਰਜ਼ ਤੇ ਮਿਲ ਕੇ ਲੜਨ ਦਾ ਐਲਾਨ ਕੀਤਾ ਇਹ ਪਹਿਲੀ ਵਾਰ ਨਹੀਂ ਜਦੋਂ ਦੋਵੇਂ ਗੱਠ ਜੋੜ ਚੋਂ ਲੋਕ ਲੋਕ ਸਭਾ ਚੋਣ ਲੜਨਗੇ ਦਰ ਅਸਲ 1996 ਚ ਵੀ ਦੋਹਾਂ ਨੇ ਮਿਲ ਕੇ ਚੋਣ ਲੜੀ ਸੀ ਤੇ 13 ਚ 11 ਸੀਟਾਂ ਜਿੱਤ ਕੇ ਕਾਂਗਰਸ ਨੂੰ ਧੂੜ ਚਟਾਈ ਸੀ ਬਸਪਾ ਨੇ ਤਿੰਨ ਅਕਾਲੀ ਦਲ ਨੇ ਅੱਠ ਸੀਟਾਂ ਜਿੱਤ ਕੇ ਜਿੱਤ ਦਰਜ ਕੀਤੀ ਸੀ ਬਸਪਾ ਨੇ ਫਲੋਰ ਹਸ਼ਿਆਰਪੁਰ ਤੇ ਫਿਰੋਜ਼ਪੁਰ ਤੋਂ ਸੀਟਾਂ ਜਿੱਤੀਆਂ ਸਨ ਖਾਸ ਗੱਲ ਇਹ ਹੈ ਕਿ ਇਹਨਾਂ ਨੂੰ ਸਿਰਫ ਫਲੋਰ ਸੀਟ ਹੀ ਰਿਜ਼ਰਵ ਸੀ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਭਾਜਪਾ ਨਾਲ ਹੋਇਆ ਗਰਦਾਸਪੁਰ ਅੰਮ੍ਰਿਤਸਰ ਦੇ ਹਸ਼ਿਆਰਪੁਰ ਸੀਟਾਂ ਤੇ ਭਾਜਪਾ ਚੋਣ ਲੜਨ ਲੱਗੀ ਅਗਨੀ ਪਾਤ ਤ ਯੋਜਨਾ ਫੌਜ ਤੇ ਥੋਪੀ ਗਈ ਲੋਕ ਪੁੱਛ ਰਹੇ ਨੇ ਪ੍ਰਧਾਨ ਮੰਤਰੀ ਦਰ ੜਾਨੀ ਨਾਲ ਕੀ ਰਿਸ਼ਤਾ ਰਾਹੁਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਸਾਬਕਾ ਫੌਜੀ ਅਫਸਰਾਂ ਤੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਅਗਨੀਪਥ ਯੋਜਨਾ ਫੌਜ ਤੇ ਥੂਪੀ ਗਈ ਹੈ ਇਹ ਫੌਜ ਨਹੀਂ ਸਭੋਂ ਆਰਐਸਐਸ ਦੇ ਗ੍ਰਹਿ ਮੰਤਰਾਲੇ ਤੋਂ ਆਈ ਹੈ ਸੋ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਬੇਰੋਜ਼ਗਾਰੀ ਤੇ ਮੰਗਾਈ ਦੀ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ ਆਈਆਰਸੀਟੀਸੀ ਨਾਲ ਕਰੋ ਦੁਬਈ ਦਾ ਟੂਰ 5 ਦਿਨਾਂ ਤੇ 4 ਰਾਤਾਂ ਦਾ ਪੈਕੇਜ ਹੈ ਸੋ ਦੁਨੀਆ ਦੇ ਵਿੱਚ ਘੁੰਮਣ ਦਾ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੀਦਾ ਬੇਸ਼ੱਕ ਵਿਦੇਸ਼ ਘੁੰਮਣ ਲਈ ਵਿਅਕਤੀ ਨੂੰ ਕਈ ਪਾਪੜ ਮਿਲਨੇ ਪੈਂਦੇ ਨੇ ਘੁੰਮਣ ਦੇ ਸ਼ਕੀਨੋਂ ਤੋਂ ਦੁਬਈ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਆਈਆਰਸੀਟੀਸੀ ਇੱਕ ਸ਼ਾਨਦਾਰ ਟੂਰ ਪੈਕੇਜ ਦੇ ਰਿਹਾ ਜਿੱਥੇ ਤੁਹਾਨੂੰ ਦੁਬਈ ਚੋਂ 5 ਦਿਨ ਤੇ 4 ਰਾਤਾਂ ਲਈ ਘੁੰਮਣ ਦਾ ਮੌਕਾ ਮਿਲੇਗਾ ਤੇ ਇਸ ਪੈਕੇਜ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇਖਣ ਦਾ ਵੀ ਮੌਕਾ ਮਿਲੇਗਾ ਸੋ ਇਸ ਦੇ ਲਈ ਤੁਹਾਨੂੰ ਬੁਰਜ ਖਲੀਫਾ ਤੋਂ ਇਲਾਵਾ ਮਿਊਜ਼ੀਕਲ ਫਾਊਂਡੇਸ਼ਨ ਸ਼ੋ ਆਦ ਦੇਖਣ ਦਾ ਮੌਕਾ ਮਿਲੇਗਾ ਸੋ ਸ਼ੁਰੂਆਤ ਲਖਨਊ ਤੋਂ ਦੁਬਈ ਫਲਾਈਟ ਦੇ ਰਾਹੀਂ ਜਾਓਗੇ ਸੋ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ ਸੋ ਇੱਕ ਅੱਲੇ ਵਿਅਕਤੀ ਦਾ ਖਰਚਾ 1 ਲੱਖ 1800 ਰੁਪਇਆ ਜੇਕਰ ਤੁਸੀਂ ਦੋ ਜਾਂ ਤਿੰਨ ਲੋਕਾਂ ਦੀ ਬੁਕਿੰਗ ਕਰਦੇ ਹੋ ਤਾਂ 85000 ਰੁਪਏ ਖਰਚ ਕਰਨੇ ਪੈਣਗੇ ਲੁਧਿਆਣਾ ਕੋਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ ਮਿਲੀ ਤਰੀਕ ਭੁਗਤਣਾਏ ਵਿਅਕਤੀ ਦੇ ਦੋਸਤ ਦੇ ਮੋਢੇ ਤੇ ਲੱਗੀ ਸੋ ਮੰਗਲਵਾਰ ਸਵੇਰੇ ਕੋਰਡ ਕੰਪਲੈਕਸ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤ ਦੇ ਬਾਹਰ ਗੋਲੀ ਚੱਲ ਗਈ ਜਿਸ ਨਾਲ ਅਹੀ ਮਾਂਛੂ ਨਾਂ ਦਾ ਵਿਅਕਤੀ ਘਟਨਾ ਦੌਰਾਨ ਫਟੜ ਹੋ ਗਿਆ ਸੂਚਨਾ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਅਹੀ ਮਾਂਛੂ ਆਪਣੇ ਦੋਸਤ ਗੁਰਚਰਨ ਦੇ ਨਾਲ ਕਿਸੇ ਮਾਮਲੇ 'ਚੋਂ ਅਪਰਾਧਿਕ ਤਰੀਕ ਭੁਗਤਣਾ ਆਇਆ ਸੀ ਅਮੂਲ ਮਦਰ ਡੇਰੀ ਦੁੱਧ ਦੇ ਸੈਂਪਲ ਜਾਂਚ ਤੋਂ ਹੋਏ ਫੇਲ ਕੰਪਨੀ ਨੂੰ ਲੱਖਾਂ ਦਾ ਜੁਰਮਾਨਾ ਮੂਲ ਅਤੇ ਮਦਰ ਡੇਰੀ ਵਰਗੀਆਂ ਨਾਂਮੀ ਕੰਪਨੀਆਂ ਦੁੱਧ ਦੇ ਦੀ ਵੀ ਮਾਪ ਡੰਡਾ ਮੁਤਾਬਕ ਫੈਨ ਨਹੀਂ ਪਾਈ ਗਈ ਜਦੋਂ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੀਆਂ ਟੀਮਾਂ ਨੇ ਸੰਭੋਗੀ 슈ਗਰ ਮਿਲ ਦੇ ਦੁੱਧ ਕਰੀਮ ਅਤੇ ਹੋਰ ਕੰਪਨੀਆਂ ਦੇ ਖੰਡ ਸਮੇਤ ਉਤਪਾਦਾਂ ਦੀ ਜਾਂਚ ਕੀਤੀ ਤਾਂ ਉਹ ਘਟੀਆ ਪਾਏ ਗਏ ਜਿਸ ਤੋਂ ਬਾਅਦ ਇਹਨਾਂ ਨੂੰ 35-35 ਲੱਖ ਦਾ ਜੁਰਮਾਨਾ ਠੋਕਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਡਾ ਦੀ ਹੋਈ ਦੋ ਫਾੜ ਸੂਬਾ ਪ੍ਰਧਾਨ ਤੇ ਲੱਗੇ ਮਾੜੇ ਇਲਜ਼ਾਮ ਸੋ ਵੱਡੀ ਖਬਰ ਆ ਜਲਦੀ ਹੀ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦੇ ਤਰਫੋਂ ਪੰਜਾਬ ਭਾਰਤ ਦਾ ਸਲਾਸ ਬੁਲਾਇਆ ਜਾ ਰਿਹਾ ਹੈ ਤੇ ਜਿਸ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਯੂਨੀਅਨ ਇਕਤਾ ਡਕੌਂਡਾ ਦੇ ਪ੍ਰਧਾਨ ਸ਼ਾਮਲ ਹੋਣਗੇ ਉਹਨਾਂ ਦੀ ਰਾਏ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦਾ ਨਵਾਂ ਪੰਜਾਬ ਪ੍ਰਧਾਨ ਚੁਣਿਆ ਜਾਵੇਗਾ ਇਸ ਗੱਲ ਦੀ ਜਾਣਕਾਰੀ ਪੰਜਾਬ ਕਿਸਾਨ ਯੂਨੀਅਨ ਇਕਤਾ ਡਕਾਉਂਡਾ ਦੇ ਸੀਨੀਅਰ ਉਮੀਦਵਾਰ ਪ੍ਰਧਾਨ ਮਨਜੀਤ ਸਿੰਘ ਤਨੇਰ ਤੇ ਉਮੀਦਵਾਰ ਪ੍ਰਧਾਨ ਪੰਜਾਬ ਗੁਰਦੀਪ ਸਿੰਘ ਦੀ ਤਰਫੋਂ ਦਿੱਤੀ ਗਈ ਹੈ। ਦੋਵਾਂ ਆਗੂਆਂ ਨੇ ਇਲਜ਼ਾਮ ਲਾਇਆ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਡਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਕਿਲ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੀ ਕੱਟ ਪੁਤਲੀ ਬਣ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਮੋਰਚੇ ਦੌਰਾਨ ਹੀ ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅੰਦਰ ਖਾਤੇ ਗੱਠ ਜੋੜ ਕਰ ਲਿਆ ਤੇ ਕਿਸਾਨ ਯੂਨੀਅਨ ਇਕਤਾ ਡਕਾਉਂਡਾ ਦੇ ਸਵਿਧਾਨ ਦੇ ਉਲਟ ਚੱਲਣ ਲੱਗ ਪਏ। ਬੱਚਿਆਂ ਦੇ ਦਾਖਲੇ ਘਟਣ ਕਾਰਨ ਸਕੂਲਾਂ ਨੂੰ ਲੱਗਣ ਲੱਗੇ ਤਾਲੇ ਸੂਬਾ ਦੀ ਖਬਰ ਆਦੀ ਪੰਜਾਬ ਦੇ ਵਿੱਚ ਬੱਚਿਆਂ ਦੇ ਦਾਖਲੇ ਘਟਣ ਨਾਲ ਸਕੂਲ ਬੰਦ ਹੋਣ ਲੱਗੇ ਨੇ ਪ੍ਰਾਈਵੇਟ ਸਕੂਲਾਂ ਚੋਂ ਲਗਾਤਾਰ ਤਿੰਨ ਵਰਿਆਂ ਤੋਂ ਦਾਖਲਿਆਂ ਦੀ ਗਿਣਤੀ ਘਟ ਰਹੀ ਹੈ ਤੇ ਸਰਕਾਰੀ ਸਕੂਲਾਂ ਵਿੱਚ ਇਹ ਘਰਾ ਪਿਛਲੇ ਕਈ ਸਾਲਾਂ ਤੋਂ ਡਿੱਗ ਰਿਹਾ ਹੈ ਪੰਜਾਬ ਦੇ ਵਿੱਚ ਬੀਤੇ 4 ਸਾਲਾਂ ਦੇ ਦੌਰਾਨ 436 936 ਸਕੂਲ ਬੰਦ ਹੋ ਚੁੱਕੇ ਨੇ ਜਿਨ੍ਹਾਂ ਚੋਂ 145 ਸਰਕਾਰੀ ਸਕੂਲ ਵੀ ਸ਼ਾਮਲ ਹੈ ਕੇਂਦਰੀ ਵਿਦਿਆਲਿਆ ਚ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਲਈ ਹੁਣੇ ਕਰੋ ਡਾਊਨਲੋਡ ਐਫ ਆਈ ਆਰ ਦੀ ਜਾਣਕਾਰੀ ਨਾ ਦੇਣ ਤੇ ਪਾਸਪੋਰਟ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਖੇਤਰੀ ਪਾਸਪੋਰਟ ਅਥਾਰਟੀ ਜਲੰਧਰ ਦੇ 31 ਜਨਵਰੀ 2018 ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਪਾਵਰ ਗੋਮ ਨੂੰ ਨਹੀਂ ਦਿੱਤਾ ਗਿਆ ਬਕਾਇਆ ਕੇਂਦਰ ਵੀ ਹੱਕ ਚ ਆਇਆ ਵਿਗੜੇ ਵਿੱਤੀ ਹਾਲਾਤ ਦੇ ਮਾਮਲੇ 'ਚ ਕੇਂਦਰ ਨੇ ਸੂਬਾ ਸਰਕਾਰ ਨੂੰ ਭੇਜਿਆ ਪੱਤਰ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਚ ਸ਼ਹਿਰੀ ਅਤੇ ਪਿੰਡੂ ਸੰਸਥਾਨਕ ਸੰਸਥਾਵਾਂ ਆਪਣੇ ਬਿਜਲੀ ਖਰਚਿਆਂ ਦਾ ਸਹੀ ਬਜਟ ਨਹੀਂ ਬਣਾ ਰਹੀਆਂ ਜਿਸ ਕਾਰਨ ਡਿਸਕਾਮ ਵੱਲੋਂ ਉਹਨਾਂ ਦੇ ਬਿਜਲੀ ਦੇ ਬਕਾਏ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿੱਤ ਮੰਤਰਾਲੇ ਨੇ ਰਾਜ ਦੇ ਵਿੱਤ ਵਿਭਾਗ ਨੂੰ ਰਾਜ ਸਰਕਾਰ ਦੇ ਵਿਭਾਗ ਸਥਾਨਕ ਸੰਸਥਾਵਾਂ ਤੇ ਕੁਦਰਤ ਅਖਤਿਆਰ ਸੰਸਥਾਵਾਂ ਵੱਲੋਂ ਸਮੇਂ ਸਿਰ ਬਿਜਲੀ ਦੇ ਬਕਾਏ ਦਾ ਭੁਗਤਾਨ ਯਕੀਨੀ ਬਣਾਉਣ ਦੀ ਇੱਕ ਸਲਾਹ ਦਿੱਤੀ ਹੈ ਰਾਹ ਤਸਮਗਰੀ ਲੈ ਕੇ ਤੁਰਕੀ ਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਨੇ ਨਹੀਂ ਦਿੱਤੀ ਰਾਹ ਫਿਰੋਜ਼ਪੁਰ ਪੁਲਿਸ ਨੇ 22 ਚੋਰੀ ਦੇ ਮੋਟਰਸਾਈਕਲਾਂ ਦੇ ਸਮੇਤ ਦੋ ਚੋਰਾਂ ਨੂੰ ਕੀਤਾ ਕਾਬੂ ਪੁਲਿਸ ਮੁਤਾਬਕ ਦੋਵੇਂ ਮੋਟਰਸਾਈਕਲਾਂ ਦਾ ਚੈਸੀ ਨੰਬਰ ਮਟਾ ਕੇ ਇਹਨਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀ ਪੰਜਾਬ ਦਾ ਮੌਸਮ ਮੋੜ ਬਦਲੇਗਾ ਜੀ ਮਜਾਜ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਚੋਂ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇਮੌਸੂਮ ਵਿਭਾਗ ਦੇ ਮੁਤਾਬਕ 8 ਤੋਂ 10 ਫਰਵਰੀ ਦੌਰਾਨ ਪਾਰਾ ਮੌੜ ਡਿੱਗ ਸਕਦਾ ਹੈ ਪਹਾੜਾਂ 'ਚ ਵੀ ਬਰਫਬਾਰੀ ਹੋਵੇਗੀ। ਭਿਆਨਕ ਤਬਾਹੀ ਵਿਚਾਰੇ ਤੁਰਕੀ ਮਹਿਸੂਸ ਕੀਤੇ ਗਏ ਪੁਚਾਲ ਦੇ ਛਟਕੇ ਇੱਕ ਵਾਰ ਫਿਰ ਹੁਣ ਪਲਾਸਟਿਕ ਦੀ ਬੋਤਲ ਤੋਂ ਬਣੇਗੀ ਵਰਦੀ ਪੀਐਮ ਮੋਦੀ ਨੇ ਕੀਤੀ ਅਹਿਮ ਸ਼ੁਰੂਆਤ। ਮੋਦੀ ਨੇ ਕਿਹਾ ਹੈ ਕਿ ਇਨਡੋਰ ਸੋਲਰ ਕੁਕਿੰਗ ਦੀ ਸ਼ੁਰੂਆਤ ਨਾਲ ਖਾਣਾ ਪਕਾਉਣ ਦੀ ਹਰੀ ਤੇ ਸਾਫ਼ ਪ੍ਰਣਾਲੀ ਦਾ ਇੱਕ ਨਵਾਂ ਅਯਾਮ ਖੁੱਲੇਗਾ। ਪੰਜਾਬੀ ਪਾਸ਼ਾਣੋਂ ਲੈ ਕੇ ਵਿਧਾਨ ਸਭਾ ਸਪੀਕਰ ਨੇ ਬੁਲਾਈ ਮੀਟਿੰਗ ਵਿਧਾਇਕ ਤੇ ਸਾਹਿਤਕਾਰ ਹੋਣਗੇ ਸ਼ਾਮਲ ਫਿਰੋਜ਼ਪੁਰ ਰੇਲਵੇ ਨੇ ਜਨਵਰੀ ਮਹੀਨੇ ਚ ਟਿਕਟ ਚੈਕਿੰਗ ਰਾਹੀਂ ਵਸੂਲਿਆ 2.5 ਕਰੋੜ ਰੁਪਏ ਦਾ ਜੁਰਮਾਨਾ ਸੋ ਵੱਡੀ ਖਬਰ ਹੈ 21700 60 ਯਾਤਰੀ ਸਿਰਫ ਬਿਨਾ ਟਿਕਟ ਕਰਦੇ ਪਾਏ ਗਏ ਨੇ ਜਿਨ੍ਹਾਂ ਕੋਲੋਂ 2.5 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ ਪਿਛਲੇ ਸਾਲ 35 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਸੀ ਜੋ ਕਿ ਪਿਛਲੇ ਸਾਲ ਦੀ ਵਿੱਤੀ ਮਿਆਦ ਦੇ ਮੁਕਾਬਲੇ 143% ਵਾਧਾ ਹੈ ਤੁਰਕੀ ਦੇ ਵਿੱਚ ਪੁਚਾਲ ਕਾਰਨ ਹੋਈ ਤਬਾਹੀ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਰਾਸ਼ਟਰਪਤੀ ਰਾਹਤ ਕਾਰਜਾਂ ਦੀ ਲਗਾਤਾਰ ਕਰ ਰਹੀ ਨੇ ਸਮੀਖਿਆ ਤੇ ਪੰਜਾਬ ਤੋਂ ਸਨੰਦਕਾਰਾਂ ਦੀ ਬਾਹ ਮਰੋੜਨ ਵਾਲਾ ਦੌਰ ਖਤਮ ਹੋਣ ਸਹਿਯੋਗ ਦੇਣ ਦਾ ਕੰਮ ਕਰੇਗੀ ਸਰਕਾਰ ਮੁੱਖ ਮੰਤਰੀ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਿਹਨੂੰ ਬਿੱਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਜੀ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੂਤ ਗ੍ਰਿਫਤਾਰ 16000 ਚੋਂ ਮਹਿਜ਼ 6000 ਉਮੀਦਵਾਰ ਹੀ ਪਾਸ ਕਰ ਸਕੇ ਫਿਜ਼ੀਕਲ ਟੈਸਟ ਰੇਲ ਯਾਤਰੀ WhatsApp ਦਰਿਆ ਆਰਡਰ ਕਰ ਸਕਣਗੇ ਖਾਣਾ ਭਾਰਤੀ ਰੇਲਵੇ ਨੇ ਕੁਝ ਰੂਟਾਂ ਤੇ ਜਾਰੀ ਕੀਤਾ ਨੰਬਰ ਪ੍ਰਾਤਿਮਾ ਨੂੰ ਜਾਨ ਨੂੰ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਨਾਲ ਕੀਤਾ ਜਿਸ਼ਮੀ ਸ਼ੋਸ਼ਣ ਮਹਿੰਗੇ ਦੁੱਧ ਤੋਂ ਲੋਕ ਕਰ ਰਹੇ ਨੇ ਕਿਨਾਰਾ ਆਪਣੇ ਵੱਖਰੇ ਸਸਤੇ ਉਤਪਾਦ ਸਰਵੇ ਦੇ ਵਿੱਚ ਸਾਮਣੇ ਆਇਆ ਕੌੜਾ ਸੱਚ ਸਿਰਫ ਦੁੱਧ ਨਹੀਂ ਦੁੱਧ ਤੋਂ ਬਣੀਆਂ ਵਸਤੂਆਂ ਦੀਆਂ ਕੀਮਤਾਂ 'ਚ ਵੀ ਭਾਰੀ ਊਸ਼ਾਲ ਦੇਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਦੀ ਦੁੱਧ ਅਤੇ ਦੁੱਧ ਬਣੀਆਂ ਚੀਜ਼ਾਂ ਖਰੀਦਣ ਦੀ ਸਮਰੱਥਾ ਤੇ ਕੀ ਅਸਰ ਪਵੇਗਾ ਲੋਕ ਸਰਕਲ ਲੋਕਲ ਸਰਕਲਾਂ ਦੇ ਇੱਕ ਸਰਵੇਖਣ ਅਨੁਸਾਰ ਦੁੱਧ ਦੀਆਂ ਕੀਮਤਾਂ ਵਧਣ ਨਾਲ ਲੋਕ ਸਸਤੇ ਬਦਲਾਂ ਵੱਲ ਮੂੰਹ ਕਰ ਰਹੇ ਨੇ ਮੇਰੀ ਸਰਕਾਰ ਵੱਲੋਂ ਪੇਸ਼ ਕੀਤੇ ਹਰ ਬਜਟ ਜੋ ਗਰੀਬਾਂ ਦੇ ਹਿੱਤਾਂ ਨੂੰ ਪਹਲ ਜਾਂਦੀ ਮੋਦੀ ਖੂਨੀ ਚਾਈਨਾ ਡੋਰ ਨੇ 20 ਸਾਲਾਂ ਕਾਮੇ ਖਿਡਾਰਨ ਦੀ ਕੱਟੀ ਜੀਵ ਪਰਿਵਾਰ ਨੇ ਕੀਤੀ ਮੰਗ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਕਾਲੀ ਦਲ ਦੇ ਬੁਲਾਰੇ ਦੀ ਸੁਰੱਖਿਆ ਦੀ ਮੰਗ ਤੇ ਹਾਈ ਕੋਰਟ ਦੇ ਹੁਕਮਾਂ ਤੇ ਨਹੀਂ ਹੋਈ ਕੋਈ ਕਾਰਵਾਈ ਆਰਐਸਐਸ ਲੈ ਕੇ ਆਈ ਅਗਨੀਵੀਰ ਯੋਜਨਾ ਸੋਏ ਵੀ ਵੱਡੀ ਖਬਰ ਹੈ ਤੇ ਪਟਿਆਲਾ ਤੋਂ ਖਬਰ ਹੈ 1 ਅਪ੍ਰੈਲ ਨੂੰ ਬੱਸ ਅਡਾ ਚਾਲੂ ਕਰਨ ਲਈ ਹਰ ਹਫਤੇ ਮੌਕੇ ਹੋਵੇਗੀ ਸਮੀਖਿਆ ਮੀਟਿੰਗ ਵਿਪਲ ਉਜਵਲ ਨੇ ਬੜ